ਦੋਸਤੋ, ਅਰਜਨਟੀ ਲੋਧੀ ਪਤੰਦਰ ਐਲਬਮ ਨੇ ਰਿਕਾਰਡ ਤੋੜ ਰੱਖੇ ਨੇ ਸਟ੍ਰੀਮਸ ਵਾਲੇ। ਇਹ ਤੁਸੀਂ ਸਾਰੇ ਗਾਣੇ ਦੀ ਸਟ੍ਰੀਮਾਂ ਚੈੱਕ ਕਰ ਸਕਦੇ ਹੋ ਸਿਰਫ ਇੱਕ ਦਿਨ ਦੇ ਅੰਦਰ ਅੰਦਰ। ਲਗਭਗ 1 ਮਿਲੀਅਨ ਦੇ ਕਰੀਬ ਸਟ੍ਰੀਮਸ ਹੋ ਗਈਆਂ ਨੇ ਅਤੇ ਪਹਿਲੇ ਨੰਬਰ 'ਤੇ ਆ ਗਿਆ ਟੋਪ ਐਲਬਮਸ 'ਚ ਇਹ ਐਲਬਮ, ਸਿਰਾ ਹੀ ਕਰਾਤਾ ਆ ਅਰਜਨ ਢਿੱਲੋਂ ਨੇ। ਬਾਕੀ ਸਿੱਧੂ ਮੂਸੇਵਾਲਾ ਦੇ ਬਹੁਤ ਵੱਡੇ ਪੇਜ ਮੂਸਾ ਮਾਨਸਾ ਤੋਂ, ਤਾਂ ਉਹਨਾਂ ਨੇ ਵੀ ਪੋਸਟਾਂ ਪਾਈਆਂ ਹੋਈਆਂ ਨੇ ਵੀ ਸਿੱਧੂ ਮੂਸੇਵਾਲਾ ਦਾ ਕੋਈ ਵੀ ਲੀਕ ਗਾਣਾ ਨਹੀਂ ਆਊਗਾ, ਨਿਊ ਰਿਲੀਜ਼ ਹੋਊਗਾ ਅਤੇ ਵਿੱਚ ਆਈ ਐਮ ਬੈਕ ਵਰਗਾ ਗਾਣਾ ਹੋਊਗਾ, ਉਵੇਂ ਹੀ ਤਬਾਹੀ ਮਚਾਉਣੀ ਆ, 5 ਘੰਟੇ ਦੇ ਅੰਦਰ 10 ਮਿਲੀਅਨ ਵਿਊਜ਼ ਕਰਨੇ ਆ। ਸੋ ਇਹ ਵੀ ਦੱਸਿਆ ਗਿਆ ਕਿ ਇਸ ਸਾਲ ਤਾਂ ਸ਼ਾਇਦ ਗਾਣਾ ਨਾ ਵੀ ਰਿਲੀਜ਼ ਹੋਵੇ। ਜੀ ਹਾਂ ਦੋਸਤੋ, ਨਵੰਬਰ ਦਸੰਬਰ 'ਚ ਸਿੱਧੂ ਮੂਸੇਵਾਲਾ ਦਾ ਕੋਈ ਵੀ ਗਾਣਾ ਸ਼ਾਇਦ ਨਾ ਰਿਲੀਜ਼ ਹੋਵੇ, ਪਰ 2025 ਦੇ ਵਿੱਚ ਕਿਸੇ ਨੂੰ ਖੰਘਣ ਨਹੀਂ ਦੇਣਾ, ਜਿਵੇਂ ਮੂਸ ਟੇਪ ਦੇ ਟਾਈਮ ਖੰਘਣ ਨਹੀਂ ਦਿੱਤੇ ਸੀ। ਸਾਰੇ ਸਿੰਗਰ ਵੇਟ ਕਰਦੇ ਸੀ ਕਦੋਂ ਸਿੱਧੂ ਗਾਣੇ ਬੰਦ ਕਰੇ, ਕਦੋਂ ਆਪਾਂ ਆਪਣਾ ਗਾਣਾ ਸਿੱਟੀਏ, ਤਾਂ ਉਵੇਂ ਹੀ 2025 ਦੇ ਵਿੱਚ ਹੋਣ ਵਾਲਾ ਆ। ਜੁਬਾਨ ਕਸਟਮ, ਸਿੱਧੂ ਮੂਸੇਵਾਲਾ ਨੇ ਇਹ ਸਟੋਰੀ ਪਾਈ ਸੀ, ਤੁਹਾਨੂੰ ਯਾਦ ਹੋਵੇਗਾ, ਕੱਟੜ ਫੈਨ ਹੋ ਤੁਸੀਂ ਸਿੱਧੂ ਮੂਸੇਵਾਲਾ ਦੇ। ਬਾਕੀ 2025 'ਚ ਹੋਲੋਗ੍ਰਾਮ ਵੀ ਆਉਣਾ, ਸਿੱਧੂ ਦੀ ਐਲਬਮ ਜਾਂ EP ਵੀ ਆ ਸਕਦੀ ਆ। ਵੀਡੀਓ ਨੂੰ ਕਰ ਦਿਓ ਸ਼ੇਅਰ। ਧੰਨਵਾਦ।